हाँ जी भी दोस्तों की हाल चाल सारे, तो उम्मीद करता सारे वधिया होवोंगे। स्वागत तुहाडे लई लैके आए एक और नवी वीडियो। अज तुहानू दिखाउण लगे असीं आल्टो केटन दी फस्ट जनरेशन, जो कि भाई ने प्यारा मोडीफाइड किया है। सो बाकी भा दी गड्डी है। हाँ जी भाजी की हाल चाल? बहुत जी भाई, किन्ना मॉडल गड्डी पहले दस्सियो? ये भाई 2014 मॉडल है। 2014 मॉडल है ते 2014 मॉडल है। ਇਹਦੇ ਵਿੱਚ ਭਾਈ ਨੇ ਬਹੁਤ ਹੀ ਕਸਟਮਾਈਜ਼ ਕੀਤੀ ਹੋਈ ਹੈ ਗੱਡੀ ਨੂੰ। ਤੇ ਭਾਈ ਹੈੱਡਲਾਈਟ 'ਚ ਆਪਾਂ ਕੁਝ ਅਪਗ੍ਰੇਡ ਕੀਤਾ? ਹਾਂਜੀ, ਇਹ ਭਾਈ ਆਪਾਂ ਲਾਈਟਾਂ ਚੇਂਜ ਕੀਤੀਆਂ ਹੋਈ ਤੇ ਪਾਰਕਿੰਗ ਬਲਬ ਆਪਣੇ ਉਹ ਵੀ ਚੇਂਜ ਕੀਤੇ ਹੋਏ। ਇਹਦੇ ਵਿੱਚ HID ਪਾਈ ਹੋਈ ਭਾਜੀ? ਹਾਂਜੀ। ਕੀ ਰਿਸਪੌਂਸ ਭਾਜੀ ਰਾਤ ਨੂੰ ਇਹਦਾ? ਭਾਈ ਬਹੁਤ ਵਧੀਆ, ਪਹਿਲਾਂ ਨਾਲੋਂ ਤਾਂ ਮਤਲਬ ਬਹੁਤ ਵਧੀਆ। ਵਧੀਆ ਤੇ ਕੀ ਕੋਸਟ ਪੈ ਗਈ ਸੀ ਭਾਜੀ ਇਹਦੀ? ਇਹ ਭਾਈ ਆਪਾਂ ਨੂੰ 5500 ਦੀਆਂ ਪੈ ਗਈਆਂ ਨੇ। 5500 ਦਾ ਪੇਅਰ? ਹਾਂਜੀ। ਤੇ ਇਹਦੀ ਗਰੰਟੀ ਵੀ ਹੋਣੀ ਭਾਜੀ? 2 ਸਾਲ ਦੀ ਗਰੰਟੀ ਹੈ ਜੀ। 2 ਸਾਲ ਦੀ ਗਰੰਟੀ ਤੇ ਆ ਭਾਈ ਆਪਾਂ ਨੂੰ 350 ਦੇ ਪੈ ਗਏ ਜਿਹੜੀ ਪਾਰਕਿੰਗ ਲਾਈਟ ਹੁੰਦੀ। ਹਾਂਜੀ ਠੀਕ ਹੈ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਭਾਈ ਨੇ ਅਲੋਈ ਵੀਲਸ ਪਾਏ ਭਾਈ। ਜਿਹੜੇ ਫੋਗ ਲੈਂਪ ਹੈ ਇਹ ਤੁਸੀਂ ਪਵਾਏ ਸੀ ਪਹਿਲੇ ਕੁਝ? ਇਹਦਾ ਜੀ ਪਹਿਲਾਂ ਪਾਏ ਸੀ। ਹਾਂਜੀ ਅੱਛਾ ਜੀ, ਮਤਲਬ HID ਵਾਲਾ ਪਾਏ ਸੀ। ਹਾਂਜੀ ਤੇ ਉਹਨਾਂ ਦੇ ਪਾਈ ਥੋੜਾ ਪਾਣੀ ਜਿਹਾ ਇਦਾਂ ਮਤਲਬ ਇਸ਼ੂ ਪੈ ਗਿਆ। ਹਾਂਜੀ ਤੇ ਉਹ ਤੁਸੀਂ ਉਹ ਹੁਣ ਮਤਲਬ ਬੰਦ ਨਹੀਂ ਹੈ, ਉਹਦਾ ਰੀਡਿੰਗ ਕੀਤਾ। ਓਕੇ, ਰੀਡਿੰਗ ਕੀਤੀ ਹੋਈ। ਹਾਂਜੀ ਉਦਾਂ ਮਤਲਬ ਪਹਿਲੇ ਫੋਗ ਲੈਂਪ ਪਏ ਗਏ ਸੀ ਪਰ ਪਾਣੀ ਕਰਕੇ ਖਰਾਬ ਹੋ ਗਿਆ। ਇਹ ਚ ਭਾਈ ਹੁਣ ਹੋਰ ਪਾਉਣੇ ਆ ਮਤਲਬ ਅਪਗ੍ਰੇਡ ਕਰਨਾ? ਹਾਂਜੀ ਠੀਕ ਹੈ। ਤੇ ਦੇਖ ਸਕਦੇ ਤੁਸੀਂ ਇਹ ਚ ਭਾਈ ਨੇ 13 ਇੰਚੀ ਦੇ ਅਲੋਏ ਵੀਲਸ ਪਾਏ ਤੇ ਤੁਹਾਨੂੰ ਪਹਿਲੇ ਟਾਇਰ ਸੇ ਚੈੱਕ ਕਰਾਉਣਾ ਦਾ ਟਾਇਰ ਸੇ ਦੇਖ ਸਕਦੇ 175/60R13 13 ਇੰਚੀ ਦੇ ਅਲੋਏ ਵੀਲਸ ਆ। ਸੋ ਭਾਈ ਇਹਦੇ 13 ਇੰਚੀ ਦੇ ਅਲੋਏ ਵੀਲਸ ਪਾਏ, ਕਿੰਨੀ ਐਵਰੇਜ ਦੇ ਰਹੀ ਗੱਡੀ ਵਾਲਿਆ? ਦੱਸੋ ਐਵਰੇਜ ਦਾ ਭਾਈ ਕਦੀ ਗੱਡੀ ਨਹੀਂ ਮਤਲਬ ਉਦਾਂ ਐਸਟੀਮੇਟ ਲਈਏ ਤਾਂ 15-16 ਦੀ ਕਿਤੇ। ਓਕੇ ਹਾਂਜੀ ਠੀਕ ਹੈ। ਤੇ ਕੀ ਕੋਸ ਪੈ ਗਈ ਸੀ ਅਲੋਏ ਵੀਲਸ ਤੇ ਟਾਇਰ ਦੀ? ਇਹ ਭਾਈ ਆਪਾਂ ਮਤਲਬ ਜਦੋਂ ਲਈ ਸੀ ਗੱਡੀ ਉਦੋਂ ਪਾਏ ਸੀ ਆਪਾਂ ਨੂੰ ਪੈ ਗਈ 25,000 ਦੇ ਵਿੱਚ। 25,000 ਦੇ? ਹਾਂਜੀ ਠੀਕ ਹੈ। 13 ਇੰਚੀ ਦੇ ਅਲੋਏ ਵੀਲਸ ਪਾਏ ਤੇ ਇਹ ਭਾਈ ਹੁਣ ਆਪਾਂ ਉਹਦਾ ਕਰਨੇ ਆ ਚੇਂਜ, ਹੁਣ ਅਪਗ੍ਰੇਡ ਕਰਨਾ? ਹਾਂਜੀ ਇਹ 15 ਇੰਚੀ ਹੋਣੇ ਆ। 15 ਇੰਚੀ ਅਪਗ੍ਰੇਡ ਕਰਨਾ? ਚਲੋ ਜਦੋਂ ਭਾਈ 15 ਇੰਚੀ ਅਪਗ੍ਰੇਡ ਕਰਨਗੇ ਉਦੋਂ ਵੀ ਵੀਡੀਓ ਲੈ ਕੇ ਆਵਾਂਗੇ। ਤੇ ਭਾਜੀ ਹੋਰ ਕੀ ਅਪਗ੍ਰੇਡ ਆਪਾਂ ਮੋਡੀਫਿਕੇਸ਼ਨ ਕੀਤੀ ਕੁਝ ਹੋਰ ਭਾਈ ਆਪਣੇ ਮਤਲਬ ਇੰਟੀਰੀਅਰ ਇਸ ਤਰ੍ਹਾਂ ਉੱਤੇ ਸਾਰਾ ਹੀ? ਅੱਛਾ, ये देख सकते हो भाई ने पूरा इंटीरियर मॉडिफाइड किया। सीट कवर सारे बकेट सीट कवर है, टैन कलर ਦੇ ਵਿੱਚ ਭਾਈ ਨੇ ਕਰਵਾ। ਇਹ ਭਾਈ ਪੂਰਾ ਕਿੰਨੀ ਦੇਰ ਹੋ ਗਈ ਪਹਿਲੇ ਆਪਾਂ ਕਰਵਾਏ ਨੂੰ? ਹੈ ਇਹਨੂੰ ਭਾਈ ਸਾਲ ਹੋ ਗਿਆ ਮਤਲਬ ਕਿਤੇ ਸੀਟ ਕਵਰ ਆਪਣੇ ਪਾਇਆ ਸਾਲ ਹੋ ਗਿਆ। ਹਾਂਜੀ ਤੇ ਕੀ ਕੋਸ ਪੈ ਗਈ ਸੀ ਇਹਦੇ ਭਾਈ? ਟੋਟਲ ਸਾਰੇ ਦੀ 6500 ਰੁਪਏ ਪੈ ਗਏ। 6500 ਰੁਪਏ? ਹਾਂਜੀ ਅੱਛਾ। ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਭਾਈ ਕੁਝ ਕਰਵਾਏ? ਨਹੀਂ ਨਹੀਂ ਬਹੁਤ ਵਧੀਆ। ਠੀਕ ਹੈ। ਤੇ ਜਿਹੜੀ ਇਹ ਸਿਸਟਮ ਹੈਗਾ ਭਾਜੀ ਹੈਡ ਯੂਨਿਟ ਸਿੰਪਲ ਹੀ ਕੰਪਨੀ ਫਿਟਡ ਲੱਗ ਰਿਹਾ? ਹਾਂਜੀ ਇਹ ਭਾਈ ਆਪਣਾ ਉਹੀ ਹੈ ਕੰਪਨੀ ਕੰਪਨੀ ਫਿਟਡ ਹੀ ਹੈ। ਹਾਂਜੀ ਤੇ ਸਪੀਕਰ ਕਿੰਨੇ ਲੱਗੇ ਭਾਜੀ? ਸਪੀਕਰ ਭਾਈ ਦੋ ਆਪਾਂ ਲਾਏ ਆ ਪਿਛੇ ਪਾਈਨੀਅਰ ਦੇ। ਓਵਲ ਸਪੀਕਰ? ਹਾਂਜੀ ਓਵਲ ਸਪੀਕਰ ਦੋ ਆਪਣੇ ਵੀ ਕੰਪਨੀ ਵਾਲੇ ਕੰਪਨੀ ਫਿਟਡ ਡੋਰ ਚ ਹੈ ਜੀ। ਹਾਂਜੀ ਨਹੀਂ ਉਹ ਭਾਈ ਮੇਰੇ ਇਹਨਾਂ ਦੇ ਕਾਂਟ ਚ। ਅੱਛਾ, ਜਿਹੜੇ ਕੰਪਨੀ ਫਿਟਡ ਆਂਦੇ? ਹਾਂਜੀ ਠੀਕ ਹੈ। ਓ ਤੇ ਵੂਫਰ ਭਾਈ ਲੱਗਾ ਕੁਝ? ਵੂਫਰ ਹਾਂਜੀ ਭਾਈ ਇੱਕ ਲੱਗਾ ਕੁਝ JBL ਦਾ। JBL ਦਾ ਲੱਗਾ? ਹਾਂਜੀ ਤੇ ਤੁਸੀਂ ਚੈੱਕ? ਅੱਛਾ ਉਹ ਵੀ ਭਾਈ ਆਪਾਂ ਕਰਨਾ ਚੇਂਜ DSP ਲਾਉਣਾ ਆਰਡਰ ਕੀਤਾ ਹੋਇਆ। ਅੱਛਾ ਆਲਟੋ ਇਹਦੇ ਵਿੱਚ ਤੁਸੀਂ DSP ਲਗਵਾਉਣਾ? DSP ਲਗਵਾਉਣਾ। ਅੱਛਾ ਤੇ ਫਿਰ ਤੁਸੀਂ ਸਿਸਟਮ ਹਾਈ ਐਂਡ ਲਗਵਾਉਣਾ ਤੁਸੀਂ? ਦੋ ਵੂਫਰ ਕਰਨੇ ਭਾਈ ਆਪਾਂ, ਹੋਰ ਵੀ 4 ਹੋਲ ਕਰਾਂਗੇ। ਓਕੇ ਠੀਕ ਹੈ। ਜਿਹੜਾ ਭਾਈ ਸਿਸਟਮ ਲਗਾਉ ਉਹ ਤੇ ਦਿਖਾਓਗੇ ਮੈਂ? ਤੁਸੀਂ ਦੇਖ ਸਕਦੇ ਹੋ ਭਾਈ ਨੇ ਪੂਰਾ ਮਤਲਬ ਕਿ ਕਸਟਮਾਈਜ਼ ਕੀਤੀ ਹੋਈ ਹੈ। ਤੁਹਾਨੂੰ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ JBL ਦਾ 1400 ਵਾਟ ਦਾ ਤੇ ਪਾਈਨਰ ਦੇ ਭਾਈ ਨੇ ਓਵਲ ਸਪੀਕਰ ਲਵਾਏ ਹੋਏ। ਭਾਈ ਕਿੱਦਾਂ ਦਾ ਰਿਸਪੌਂਸ ਹੈ ਸਪੀਕਰਸ ਤੇ ਇਹਨਾਂ ਦਾ? ਵਧੀਆ ਭਾਈ, ਇਹਨਾਂ ਦਾ ਕਾਫੀ ਵਧੀਆ। ਉਹ ਤਾਂ ਹੁਣ ਭਾਈ DSP ਲਾਉਣਾ ਮਤਲਬ ਉਹਦਾ ਫੇਸ ਵੀ ਜ਼ਿਆਦਾ ਹੋਊਗਾ। ਅੱਛਾ, ਦੋ ਵੂਫਰ ਕਰਨੇ ਆ? ਦੋ ਵੂਫਰ ਕਰਨੇ ਓਵਲ ਸਪੀਕਰ ਭਾਈ, ਪੂਰੀ ਗੱਡੀ ਪੂਰੀ ਦੁਬਾਰਾ ਮੋਡੀਫਾਈਡ ਕਰਨੀ ਹੈ ਜੀ। ਤੇ ਬਾਕੀ ਹੋਰ ਵੀ ਕਰਨ ਵਾਲੀਆਂ ਮੋਡੀਫਿਕੇਸ਼ਨ ਕਈ ਆ ਜੀ। ਅੱਛਾ, ਤੇ ਆਪਾਂ ਨੂੰ ਇੱਕ ਡੈਂਪਿੰਗ ਕਰਨੀ ਆ ਭਾਈ ਸਾਰੀ ਗੱਡੀ ਪੂਰੀ ਡੈਂਪ ਕਰਾਣੀ ਕਰਾਉਣੀ ਹੈ ਜੀ। ਉਹ ਜੋ DSP ਲਾਵਾਂਗੇ ਫੇਰ ਕਰਨੀ ਫੇਰ ਤਾਂ ਕਰ DSP ਜੋ ਤਾਂ ਲਗਵਾਓ ਉਹ ਤਾਂ ਡੈਂਪ ਜ਼ਰੂਰੀ ਕਿਉਂਕਿ ਗੱਡੀ ਖੜ ਕੇ ਜਾਣੀ ਉਹ ਤਾਂ ਪੂਰੀ ਉਹ ਫੇਰ ਦੁਬਾਰਾ ਉਹਨੂੰ ਬਾਅਦ ਚ ਕਰਾਵਾਂਗੇ ਡੈਂਪ। ਓਕੇ ਠੀਕ ਹੈ। ਬਾਕੀ ਭਾਈ ਨੇ ਬਹੁਤ ਹੀ ਪਿਆਰੀ ਗੱਡੀ ਮੋਡੀਫਾਈਡ ਕੀਤੀ ਹੋਈ ਹੈ। ਤੇ ਭਾਜੀ ਤੁਸੀਂ ਇਹ ਗੱਡੀ ਲਈ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਉਹਨੂੰ ਭਾਜੀ ਹੋ ਹੀ ਗਿਆ ਮਤਲਬ ਤਕਰੀਬਨ ਆਪਾਂ ਨੂੰ 1.5 ਸਾਲ ਹੋ ਗਏ। 1.5 ਸਾਲ? ਮੈਂ ਪੁਰਾਣੀ ਗੱਡੀ ਲਿੱਤੀ। ਹਾਂਜੀ ਪੁਰਾਣੀ ਗੱਡੀ ਲਈ। ਓਕੇ, ਪੁਰਾਣੀ ਗੱਡੀ ਕਿੰਨੇ ਦੀ ਲਿੱਤੀ ਸੀ ਭਾਜੀ ਤੁਸੀਂ? ਇਹ ਭਾਜੀ ਲਈ ਸੀ ਆਪਾਂ 270 ਕਰੀਬ 270 ਦੀ। ਹਾਂਜੀ ਅੱਛਾ, ਕਿੰਨੀ ਚੱਲੀ ਸੀ ਭਾਜੀ ਉਦੋਂ? ਉਦੋਂ ਭਾਈ ਚੱਲੀ ਸੀ ਆਪਣੀ 50-55 ਹਜ਼ਾਰ ਚੱਲੀ। ਤੇ ਹੁਣ ਕਿੰਨੀ ਚਲਾ ਲਈ ਭਾਜੀ? ਹੁਣ ਭਾਈ 70,000-80,000 ਗਈ ਆ ਭਾਈ। ਤੇ ਕੁਝ ਪ੍ਰੋਬਲਮ ਤਾਂ ਨਹੀਂ ਆਈ ਭਾਜੀ ਜਦੋਂ ਪੁਰਾਣੀ ਗੱਡੀ ਲਿੱਤੀ? ਐਨ ਵਧੀਆ ਭਾਜੀ, ਵਧੀਆ। ਹੁਣ ਮਤਲਬ ਕਿ ਪੁਰਾਣੀ ਗੱਡੀ ਲੱਗ ਰਹੀ ਪੂਰੀ ਇਹਨੇ ਮੋਡੀਫਾਈਡ ਕਰਾ? ਮੋਡੀਫਾਈ ਕਰਨਾ ਹਜੇ? ਹੋਰ ਕਰਾਵਾਂ ਮੋਡੀਫਾਈ? ਹੋਰ ਕਰਾਉਣਾ ਵਾ ਭਾਜੀ। ਠੀਕ ਹੈ ਠੀਕ। ਭਾਜੀ ਆਪਾਂ ਹੋਰ ਕੁਝ ਮੋਡੀਫਿਕੇਸ਼ਨ ਕਰਾਈ ਹੋਵੇ ਗੱਡੀ 'ਚ? ਹੋਰ ਭਾਜੀ ਆਪਾਂ ਅੰਦਰੋਂ ਕਰਾਈ ਸੀ ਮਤਲਬ ਇਹ ਮੈਟਿੰਗ ਕਰਾਈ ਆਪਾਂ ਵੀ। ਅੱਛਾ ਜੀ। ਤੇ ਇੱਕ ਭਾਜੀ ਆਪਣਾ ਗੇਅਰ ਨੋਬ ਜਿਹਾ ਚੇਂਜ ਕੀਤਾ ਹੋਇਆ। ਗੇਅਰ ਨੋਬ? ਇਹ ਭਾਈ ਗੇਅਰ ਨੋਬ ਕਿੰਨੇ ਦਾ ਚੇਂਜ ਕਰਵਾ? ਇਹ ਭਾਈ 500 ਰੁਪਏ ਦਾ ਲੈਂਦਾ ਜੀ। ਠੀਕ ਹੈ। ਇੱਕ ਆਪਾਂ ਭਾਈ ਫੇਲ ਆਏ ਹੋਏ। ਓਕੇ
ठीक है। बाकी भाई ने जो सिस्टम लगाया वह तुम आउटपुट सुनाने हैं। सो दोस्तों तुम्हें देखिया भाई ने आल्टो के टन की फस्ट जनरेशन सैकेंड हैंड लैके कितनी प्यारी मॉडिफाइड किया। तो भाजी आप जो अलॉय व्हील्स लगवाई थी कितने की कॉस्ट पैगी थी? भाई आप 25,000 पै गए। 25,000 अलॉय व्हील्स तो जो भाजी सिस्टम लगवाया आप कि पै गया? ये भाई अपन तकरीबन 10 to 12,000 रुपया लग गए। ठीक है। तो जो सीट कवर से भाजी? ये भाई अपने 7,000 रुपए। ओके। तो कि पैसा स्पेंड करता भाजी गड्डी के उत्ते? गड्डी के टोटल भाई अपना 60 to 70,000 रुपया लग गया। छोटी मोटी मॉडिफिकेशन करके? छोटी मोटी सारा कुछ करके मेरे को। ठीक है। बाकी कमेंट करके जरूर दसना भाई की गड्डी किदा लगी। सो वीडियो नो लाइक, चैनल नो सब्सक्राइब, शेयर जरूर करना। सो मिलते हैं नेक्स्ट वीडियो। थैंक यू।